ਸਤਿ ਸ਼੍ਰੀ ਅਕਾਲ ਦੇਸ਼ ਪ੍ਰਦੇਸ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਤੁਹਾਡਾ ਆਪਣਾ ਦੋਸਤ ਅਮਨ ਹਾਜ਼ਰ ਹਾਂ ਜੀ ਅੱਜ ਦਾ ਪ੍ਰੋਗਰਾਮ ਲੈ ਕੇ, ਜਿਹੜਾ ਕਿ ਅੱਜ ਖਾਸ ਡਿਸਕਸ਼ਨ ਦਾ ਜਿਹੜਾ ਸਾਡਾ ਮੁੱਦਾ ਰਹੇਗਾ ਉਹ ਰਹੇਗਾ ਨਿਊਜ਼ੀਲੈਂਡ ਸਟੂਡੈਂਟ ਵੀਜ਼ਾ। ਕਿਉਂਕਿ ਨਿਊਜ਼ੀਲੈਂਡ ਅੱਜ ਉਹ ਡੈਸਟੀਨੇਸ਼ਨ ਹੈ ਜਿਹਦੇ ਵਿੱਚ ਲੋਕ ਆਪ ਜਾ ਕੇ ਖੁਸ਼ ਨੇ, ਆਪਣੇ ਪੇਰੈਂਟਸ ਨੂੰ, ਆਪਣੇ ਭੈਣ ਭਰਾਵਾਂ ਨੂੰ, ਸਿਬਲਿੰਗਸ ਨੂੰ, ਦੋਸਤਾਂ ਨੂੰ ਬੁਲਾ ਰਹੇ ਨੇ ਉੱਥੇ ਵੀ, ਹੁਣ ਨਿਊਜ਼ੀਲੈਂਡ ਆਓ। ਸੇਮ ਐਜ਼ ਆ ਕੈਨੇਡਾ, ਜਿਵੇਂ ਪਹਿਲੇ ਰੈਫਰੈਂਸਿਸ ਹੁੰਦੀਆਂ ਸੀ ਉੱਦਾਂ ਹੀ ਨਿਊਜ਼ੀਲੈਂਡ ਦੀ ਫੀਡਬੈਕ ਬਹੁਤ ਵਧੀਆ ਆ ਰਹੀ ਹੈ। ਉਹਦੇ ਕੁਝ ਕਾਰਨ ਨੇ, ਉਹ ਕਾਰਨ ਜਾਣਨ ਦੀ ਕੋਸ਼ਿਸ਼ ਕਰਾਂਗੇ। ਕਿਉਂ ਨਿਊਜ਼ੀਲੈਂਡ ਅੱਜ ਪਹਿਲਾ ਜਿਹੜਾ ਡੈਸਟੀਨੇਸ਼ਨ, ਪਹਿਲੀ ਇੱਕ ਡਿਮਾਂਡ ਬਣਦਾ ਜਾ ਰਿਹਾ ਸਟੂਡੈਂਟਸ ਦੀ, ਔਰ ਖਾਸ ਕੀ ਕੁਝ ਚੇਂਜਿਸ ਆਈਆਂ ਨੇ, ਕੀ ਕੁਝ ਉਹਦਾ ਇੰਪੈਕਟ ਪਿਆ, ਫੰਡਸ ਨੂੰ ਲੈ ਕੇ ਕੀ ਨਵੀਂ ਕੁਝ ਚੇਂਜਿਸ ਆਈਆਂ ਜਾਂ ਨਹੀਂ, ਇਹ ਸਾਰੀ ਗੱਲਬਾਤ ਕਰਾਂਗੇ ਨਿਊਜ਼ੀਲੈਂਡ ਦੇ ENZR ਮੈਂਬਰ, ਨਿਊਜ਼ੀਲੈਂਡ ਦੀ ਐਕਸਪਰਟ ਕੰਪਨੀ ਮੈਡਵੇ ਤੋਂ। ਮੇਰੇ ਨਾਲ ਉਹਨਾਂ ਦੇ MD ਮੌਜੂਦ ਨੇ, ਜਗਜੀਤ ਜੀ। ਜਗਜੀਤ ਭਾਜੀ ਬਹੁਤ ਬਹੁਤ ਸਵਾਗਤ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਔਰ ਖਾਸ ਇੱਕ ਗੱਲ, ਅੱਜ ਦਾ ਸ਼ੋਅ ਲਾਈਵ ਰਹੇਗਾ ਜੀ, ਤੁਸੀਂ ਸਾਡੇ ਨਾਲ ਡਾਇਰੈਕਟਲੀ ਜੁੜ ਸਕਦੇ ਹੋ, ਨੰਬਰ ਚੱਲ ਰਿਹਾ ਉਹਦੇ 'ਤੇ ਕਾਲ ਕੀਤੀ ਜਾ ਸਕਦੀ ਹੈ। ਡਾਇਰੈਕਟਲੀ ਕਾਲ ਇਸ ਸ਼ੋਅ ਦੇ ਥਰੂ ਤੁਹਾਡੇ ਜਿਹੜੇ TV ਸਕਰੀਨ 'ਤੇ ਤੁਸੀਂ ਲਈ ਜਾਏਗੀ। ਤੁਸੀਂ ਆਪਣਾ ਸਿੱਧਾ ਸਵਾਲ ਜਗਜੀਤ ਭਾਈ ਨੂੰ ਪੁੱਛ ਸਕਦੇ ਹੋ, ਜਗਜੀਤ ਜੀ ਤੁਹਾਡੇ ਸਵਾਲ ਦਾ ਜਵਾਬ ਦੇਣ ਦੀ ਪੂਰੀ ਕੋਸ਼ਿਸ਼ ਕਰਨਗੇ, ਚਾਹੇ ਤੁਹਾਡਾ ਕਿਤੋਂ ਰਿਜੈਕਟ ਹੈ, ਚਾਹੇ ਫੰਡਸ ਨੂੰ ਲੈ ਕੇ, ਚਾਹੇ ਕਿਸੇ ਵੀ ਚੀਜ਼ ਨੂੰ ਲੈ ਕੇ ਤੁਹਾਡੇ ਮਨ ਦੇ ਵਿੱਚ ਡਾਊਟ ਹੈ ਨਿਊਜ਼ੀਲੈਂਡ ਨੂੰ ਲੈ ਕੇ, ਤੁਸੀਂ ਪੁੱਛ ਸਕਦੇ ਹੋ। ਪਹਿਲੇ ਤਾਂ ਮੁਬਾਰਕਾਂ ਦੇਣਾ ਚਾਹੁੰਦਾ ਜੀ ਮੈਡਵੇ ਨੂੰ, 3 ਸਾਲ ਲਗਾਤਾਰ ਕੰਸਿਸਟੈਂਸੀ ਇਹਨਾਂ ਦੀ ਰਹੀ ਹੈ, ਅਵਾਰਡ ਵਿਨਿੰਗ ਰਹੇ ਨੇ, ਨੰਬਰ 1 ਇਨ ਇੰਡੀਆ, ਹੁਣ ਨੰਬਰ 1 ਇਨ ਵਰਲਡ ਦਾ ਅਵਾਰਡ ਮਿਲਿਆ। ਪਹਿਲੇ ਤਾਂ ਸਰ ਭਾਅ ਜੀ ਮੁਬਾਰਕਾਂ, ਅਤੇ ਮੈਂ ਚਾਹੂੰਗਾ ਥੋੜ੍ਹਾ ਜਿਹਾ ਦਰਸ਼ਕਾਂ ਨੂੰ ਅਵਾਰਡ ਬਾਰੇ ਜ਼ਰੂਰ ਦੱਸ ਦਿਓ। ਥੈਂਕ ਯੂ ਸੋ ਮਚ ਅਮਨ ਜੀ। ਪਹਿਲਾਂ ਤੋਂ ਮੈਂ ਤਾਂ ਸਭ ਦਾ ਹੀ ਸ਼ੁਕਰੀਆ ਅਦਾ ਕਰਾਂਗਾ, ਜਿਹੜੇ ਸਟੂਡੈਂਟਸ ਨੇ, ਪੇਰੈਂਟਸ ਨੇ, ਜਿਨ੍ਹਾਂ ਨੇ ਕੌਨਫੀਡੈਂਸ ਦਿਖਾਇਆ ਮਿਡਵੇ ਇੰਨੇ ਸਾਲਾਂ ਤੋਂ। ਯੂ ਨੋ 10 ਸਾਲ ਤੋਂ ਅਸੀਂ ਨਿਊਜ਼ੀਲੈਂਡ ਪ੍ਰਮੋਟ ਕਰਦੇ ਆ ਰਹੇ ਹਾਂ, ਲਾਸਟ 4 ਈਅਰਸ ਤੋਂ, 3 ਈਅਰਸ ਇਨਫੈਕਟ, ਲਾਸਟ 3 ਈਅਰਸ ਤੋਂ ਸਾਨੂੰ ਨੰਬਰ 1 ਇਨ ਇੰਡੀਆ ਦਾ ਅਵਾਰਡ ਮਿਲਦਾ ਆ ਰਿਹਾ, ਨਿਊਜ਼ੀਲੈਂਡ ਦੇ TOEMI ਇੰਸਟੀਟਿਊਟ ਆਫ ਟੈਕਨੋਲੋਜੀ ਤੋਂ, ਜੋ ਕਿ 3rd largest ਗੌਰਮੈਂਟ ਇੰਸਟੀਟਿਊਸ਼ਨ ਆ ਨਿਊਜ਼ੀਲੈਂਡ ਦਾ, ਜਿਨ੍ਹਾਂ ਦੇ ਆਲਮੋਸਟ ਯੂ ਨੋ 18,000 ਬੱਚੇ ਉੱਥੇ ਪੜ੍ਹਦੇ ਨੇ, ਔਰ 1400 ਆਲਮੋਸਟ ਸਟੂਡੈਂਟਸ, ਇੰਟਰਨੈਸ਼ਨਲ ਸਟੂਡੈਂਟਸ ਉੱਥੇ ਇਨਰੋਲਡ ਹੈਗੇ ਨੇ ਵਿਦ ਕੈਂਪਸਿਸ ਇਨ ਟੋਰੋਂਗਾ ਐਂਡ ਰੋਟੋਰੂਆ। ਤੋ ਦਿਸ ਈਅਰ ਸਾਡਾ ਇੱਕ ਅਵਾਰਡ ਉਹਨਾਂ ਨੇ ਅਨਾਊਂਸ ਕੀਤਾ ਜੋ ਮਿਡਵੇ ਨੂੰ ਮਿਲਿਆ, ਔਰ ਮਿਡਵੇ ਨੂੰ ਇਸ ਵਾਰ ਜਿਹੜਾ ਅਵਾਰਡ ਮਿਲਿਆ ਦੈਟ ਇਜ਼ ਨੰਬਰ 1 ਆਲ ਓਵਰ ਦਾ ਵਰਲਡ, ਸੋ ਵਿਚ ਇਜ਼ ਏ ਗ੍ਰੇਟ ਅਚੀਵਮੈਂਟ ਫੋਰ ਅਸ। ਔਰ ਇਹਦੇ ਵਿੱਚ ਮੈਂ ਸਭ ਦਾ ਹੀ ਸ਼ੁਕਰੀਆ ਕਰਾਂਗਾ, ਚਾਹੇ ਪੂਰੀ ਇੰਟਾਇਰ ਮਿਡਵੇ ਟੀਮ, ਚਾਹੇ ਉਹ ਜਿੱਥੇ ਵੀ ਬੇਸਡ ਆ, ਜਿਹੜੀ ਵੀ ਸਿਟੀ, ਉਹ ਸਭ ਦਾ ਹੀ ਕੰਟਰੀਬਿਊਸ਼ਨ ਹੈ, ਔਰ ਅਸੀਂ ਅੱਗੇ ਵੀ ਇਹੀ ਦੇਖ ਰਹੇ ਕਿ ਨਿਊਜ਼ੀਲੈਂਡ ਵਾਸਤੇ ਅੱਛਾ ਕੰਮ ਕਰਦੇ ਆਈਏ। ਨਿਊਜ਼ੀਲੈਂਡ ਇੱਕ ਗ੍ਰੇਟ ਡੈਸਟੀਨੇਸ਼ਨ ਆ ਫੋਰ ਇੰਟਰਨੈਸ਼ਨਲ ਸਟੂਡੈਂਟਸ, ਮੈਂ ਇਹ ਦਾਅਵਾ ਕਹਿ ਸਕਦਾ, ਕਿਉਂਕਿ ਬੱਚੇ ਦੀ ਜਿਹੜੀ ਰੈਫਰਲ ਸਾਨੂੰ ਆ ਰਹੀ ਹੈ ਉਹਦੀ ਵਜ੍ਹਾ ਨਾਲ ਹੀ ਅੱਗੇ ਅੱਗੇ ਸਟੂਡੈਂਟ ਹੋਰ ਜਾਂਦੇ ਜਾ ਰਹੇ ਨੇ ਜੀ। ਇੱਕ ਟਾਈਮ ਸੀ ਜਦੋਂ ਯੂ ਨੋ ਘੱਟ ਸਟੂਡੈਂਟ ਜਾਂਦੇ ਸੀ ਨਿਊਜ਼ੀਲੈਂਡ, ਕਿਉਂਕਿ ਕੋਈ ਉੱਥੇ ਰੈਫਰਲ ਨਹੀਂ ਸੀ, ਕੋਈ ਬੱਚਾ ਜਿਹੜੇ ਕਹਿੰਦੇ ਯਾਦ ਹੈ, ਅਸੀਂ ਸ਼ੋਅ 'ਚ ਕਈ ਵਾਰ ਡਿਸਕਸ ਕਰਦੇ ਸੀ, ਪਹਿਲਾਂ ਜਿਹੜੀ ਚੋਇਸ ਹੁੰਦੀ ਬੱਚੇ ਦੀ ਕੈਨੇਡਾ ਹੁੰਦੀ ਹੈ ਜੀ, ਫਿਰ ਬੱਚਾ ਆਸਟ੍ਰੇਲੀਆ ਟਰਾਈ ਕਰਦਾ, ਨਹੀਂ ਹੁੰਦਾ ਫਿਰ ਨਿਊਜ਼ੀਲੈਂਡ ਟਰਾਈ ਕਰਦਾ। ਅੱਜ ਬੱਚਾ ਘਰੋਂ ਮਾਈਂਡ ਬਣਾ ਕੇ ਆਉਂਦਾ ਮੈਂ ਨਿਊਜ਼ੀਲੈਂਡ ਜਾਣਾ। ਇਨਫੈਕਟ ਹੋਰ ਵੀ ਇੱਕ ਪੋਜ਼ਿਟਿਵ ਹੈ ਕਿ ਇੱਕ ਤੋਂ ਨਿਊਜ਼ੀਲੈਂਡ ਵਾਲਾ ਮਾਈਂਡ ਆ, ਇਨਫੈਕਟ ਸਟੂਡੈਂਟਸ, ਕਾਲਜਸ, ਏਰੀਆ, ਸਿਟੀ ਕਿਹੜੇ 'ਤੇ ਜਾਣਾ, ਕਿਹੜੇ ਕੋਰਸ 'ਤੇ ਜਾਣਾ, ਉਹ ਵੀ ਆ ਕੇ ਸਾਨੂੰ ਦੱਸਦੇ ਨੇ, ਵਿਚ ਇਜ਼ ਰੀਅਲੀ ਵੈਰੀ ਐਕਸਾਈਟਿੰਗ ਫੋਰ ਆਲ ਆਫ ਅਸ। ਔਰ ਅਸੀਂ ਇਹੀ ਕਹਿੰਦੇ ਕਿ ਨਿਊਜ਼ੀਲੈਂਡ ਇੱਕ ਬਹੁਤ ਹੀ ਅੱਛੀ ਡੈਸਟੀਨੇਸ਼ਨ, ਮੈਂ ਬਾਰ ਬਾਰ ਕਹਿ ਰਿਹਾ ਤੁਹਾਨੂੰ, ਪਰਟੀਕੁਲਰਲੀ ਔਗਸਟ ਦੇ ਬਾਅਦ ਜਦੋਂ ਇੱਕ ਅਨਾਊਂਸਮੈਂਟ ਹੋਈ ਹੈ ਕਿ ਗੌਰਮੈਂਟ ਹੈਜ਼ ਡਿਸਾਈਡਡ ਨਾਓ ਕਿ ਉਹ ਕੁਆਲਿਟੀ ਐਜੂਕੇਸ਼ਨ ਨੂੰ ਪ੍ਰਮੋਟ ਕਰਨਗੇ, ਐਂਡ ਦੇ ਵਾਂਟ ਸਟੂਡੈਂਟਸ ਟੂ ਕਮ ਦੇਅਰ, ਸਟੱਡੀ ਏ ਗੁੱਡ ਕੋਰਸ, ਕੁਆਲਿਟੀ ਕੋਰਸ, ਔਰ ਉਹਦੇ ਬਾਅਦ ਐਕਸਟੈਂਡਡ ਇੱਕ ਵਰਕ ਵੀਜ਼ਾ ਲੈਣ। ਉਹਦੇ ਬਾਅਦ ਜਿਹੜਾ ਅਨਾਊਂਸਮੈਂਟ ਔਗਸਟ ਵਿੱਚ ਇਹ ਹੋਈ ਸੀ ਕਿ ਤੁਸੀਂ ਅਗਰ ਬੈਚਲਰ ਡਿਗਰੀ ਕਰ ਰਹੇ ਹੋ, PG ਕਰ ਰਹੇ ਹੋ, ਮਾਸਟਰਸ ਕਰ ਰਹੇ ਹੋ, ਯੂ ਐਂਟਾਈਟਲ ਫੋਰ ਅ 3 ਈਅਰ ਪੋਸਟ ਸਟੱਡੀ ਵਰਕ ਵੀਜ਼ਾ, ਜੋ ਕਿ ਕਾਫੀ ਅੱਛਾ ਇੱਕ ਐਡਵਾਂਟੇਜ ਮਿਲਦਾ। ਬਾਕੀ ਕੋਈ ਕੰਟਰੀ ਮੈਨੂੰ ਨਹੀਂ ਲੱਗਦਾ ਕਿ ਇਹੋ ਜਿਹਾ ਐਡਵਾਂਟੇਜ ਦਿੰਦੀ ਹੈ। 3 ਈਅਰਸ ਬਹੁਤ ਹੀ ਅੱਛਾ ਇੱਕ ਟਾਈਮ ਹੁੰਦਾ ਇੱਕ ਕੰਟਰੀ ਵਿੱਚ ਤੁਸੀਂ ਸੈਟਲ ਹੋਣ ਦਾ, ਤਾਂ ਬਹੁਤ ਹੀ ਅੱਛੀ ਓਪਰਚੁਨਿਟੀ ਹੈ। ਇਨਫੈਕਟ ਜਿਹੜੇ ਡਿਪਲੋਮਾਸ ਵੀ ਹੈਗੇ Level 5, Level 6, Level 7 ਡਿਪਲੋਮਾਸ 'ਚ ਵੀ, ਉੱਥੇ ਵੀ ਨਿਊਜ਼ੀਲੈਂਡ ਗੌਰਮੈਂਟ ਨੇ ਇੱਕ ਇਨੀਸ਼ੀਏਟਿਵ ਇਹ ਲਿੱਤਾ ਹੈ ਕਿ ਸਟੂਡੈਂਟਸ ਨੂੰ ਕਿ ਤੁਸੀਂ ਔਕਲੈਂਡ ਤੋਂ ਬਾਹਰ ਜਾਓ, ਯੂ ਨੋ ਦੇ ਆਰ ਟਰਾਇੰਗ ਟੂ ਪ੍ਰਮੋਟ ਦਾ ਰੀਜਨਲ ਸੈਂਟਰਸ। ਅਗਰ ਤੁਸੀਂ ਔਕਲੈਂਡ ਤੋਂ ਬਾਹਰ ਜਾਂਦੇ ਹੋ ਤਾਂ ਦੇ ਅਲਾਊਇੰਗ ਯੂ 2 ਈਅਰ ਪੋਸਟ ਸਟੱਡੀ ਵਰਕ ਵੀਜ਼ਾ ਆਫਟਰ ਡਿਪਲੋਮਾਸ, ਦੈਟਸ ਨੋਟ ਬੈਡ ਐਸ ਵੈਲ। ਤੁਸੀਂ ਉਹ ਕਰਕੇ 2 ਸਾਲ, ਅਗਰ ਤੁਹਾਡਾ ਇੰਟਰਸਟ ਨਹੀਂ ਆ PG ਮਾਸਟਰਸ, ਜਾਂ ਤੁਸੀਂ ਕੁਆਲੀਫਾਈ ਨਹੀਂ ਕਰਦੇ, ਜਾਂ ਬੈਚਲਰ ਡਿਗਰੀ 'ਚ 3 ਈਅਰ 'ਤੇ ਤੁਸੀਂ ਨਹੀਂ ਜਾਣਾ ਚਾਹੁੰਦੇ, ਤੁਸੀਂ ਜਿਹੜੇ ਡਿਪਲੋਮਾਸ ਹੈ ਉਹਦੇ 'ਚ ਵੀ ਇਨਰੋਲ ਕਰਕੇ ਆਊਟ ਆਫ ਔਕਲੈਂਡ ਆਪਣਾ ਪ੍ਰੈਫਰੈਂਸ ਦੇਖ ਸਕਦੇ ਹੋ, ਲਾਈਕ ਹੈਮਿਲਟਨ 'ਚ ਦੇਖ ਸਕਦੇ ਹੋ, ਰੋਟਰੂਆ ਦੇਖ ਸਕਦੇ ਹੋ, ਟੋਰੋਂਗਾ ਦੇਖ ਸਕਦੇ ਹੋ, ਕ੍ਰਾਈਸਟਚਰਚ ਦੇਖ ਸਕਦੇ ਹੋ, ਨੇਪੀਅਰ ਦੇਖ ਸਕਦੇ ਹੋ, ਨੈਲਸਨ ਦੇਖ ਸਕਦੇ ਹੋ, ਲੋਟ ਆਫ ਆਦਰ ਗੁੱਡ ਸਿਟੀਜ਼ ਆਊਟ ਆਫ ਔਕਲੈਂਡ ਜਿਹੜੇ ਹੈਗੇ ਨੇ ਉਹਦੇ 'ਚ ਆਪਣਾ ਫਿਊਚਰ ਵੀ ਦੇਖ ਸਕਦੇ ਹੋ। ਮਿਡਵੇ ਇੱਕ ਇਹੋ ਜਿਹਾ ਪਲੈਟਫਾਰਮ ਤੁਹਾਨੂੰ ਦਿੰਦਾ, ਅਸੀਂ ਇੰਨੇ ਸਾਲਾਂ ਤੋਂ ਕੰਮ ਕਰੇ, ਇੱਕ ਵਨ ਸਟੋਪ ਸੋਲਿਊਸ਼ਨ ਅਸੀਂ ਨਿਊਜ਼ੀਲੈਂਡ ਦਾ ਦਿੰਦੇ ਹਾਂ ਪਰਟੀਕੁਲਰਲੀ। ਉਹਦੇ ਵਿੱਚ ਵੀ ਰਿਪ੍ਰੈਜੈਂਟ ਆਲ ਯੂਨੀਵਰਸਿਟੀਜ਼, ਗੌਰਮੈਂਟ ਪੋਲੀਟੈਕਨਿਕਸ ਐਂਡ ਜਿਹੜੇ PTs ਕਹਿੰਦੇ ਨੇ, ਪ੍ਰਾਈਵੇਟ ਟੈਕਨੀਕਲ ਇਸਟੈਬਲਿਸ਼ਮੈਂਟਸ ਹੁੰਦੀ, ਉਹਨੂੰ ਅਸੀਂ ਰਿਪ੍ਰੈਜੈਂਟ ਕਰਦੇ ਹਾਂ। ਕੋਈ ਰੀਜਨ ਦੇ ਕਿਸੇ ਵੀ ਕੋਰਸ 'ਤੇ ਤੁਸੀਂ ਜਾਣਾ ਚਾਹੁੰਦੇ ਹੋ ਨਿਊਜ਼ੀਲੈਂਡ ਵਿੱਚ,
ਆਈ ਥਿੰਕ ਟੈਕਨੀਕਲ ਹਲੇ ਪ੍ਰੋਪਰਲੀ ਆਇਆ ਨਹੀਂ, ਮੈਂ ਟੈਕਨੀਕਲ ਟੀਮ ਨੂੰ ਕਹੂੰਗਾ ਕਾਲ ਉਹੀ ਅੰਦਰ ਛੱਡੀਆਂ ਜਾਣ ਜਿਹਨੂੰ ਪ੍ਰੋਪਰਲੀ ਤੁਸੀਂ ਜੱਜ ਕਰ ਲੈਂਦੇ ਹੋ। ਸੈਕਿੰਡਲੀ ਤੁਸੀਂ ਜਿਵੇਂ ਇਹ ਸਾਰੀਆਂ ਇਹ ਕੰਸਿਸਟੈਂਸੀ ਨਾਲ ਚੱਲਦੇ ਆ ਰਹੇ ਹੋ, ਟੀਮ ਨੂੰ ਨਾਲ ਲੈ ਕੇ ਚੱਲੇ ਹੋ, ਕੀ ਐਥਿਕਸ ਨੇ ਜਿਨ੍ਹਾਂ ਨੂੰ ਲੈ ਕੇ ਚੱਲੇ ਸੀਗੇ ਅਤੇ ਜਿਹਨੂੰ ਲੈ ਕੇ ਅੱਜ ਦੇਖਦੇ ਹੋ ਵੀ ਡਿਫਰੈਂਟ ਹੈ ਮੈਡਵੇ ਬਾਕੀਆਂ ਨਾਲ? ਅਮਨ ਜੀ, ਦਿਸ ਇਜ਼ ਇਹ ਸਰਵਿਸ ਇੰਡਸਟਰੀ, ਅਗਰ ਆਪ ਸਰਵਿਸ ਇੰਡਸਟਰੀ ਦੀ ਤਰਫ ਇਹਨੂੰ ਦੇਖੋਗੇ ਤਾਂ ਹੀ ਤੁਸੀਂ ਪ੍ਰੋਪਰਲੀ ਐਸਟੈਬਲਿਸ਼ ਹੋ ਸਕਦੇ ਹੋ। ਸਾਡਾ ਮੇਨ ਰੋਲ ਹਮੇਸ਼ਾ ਇੱਕ ਕਮਿਟਮੈਂਟ ਸੀ ਸਾਡੀ ਕਿ ਨਿਊਜ਼ੀਲੈਂਡ ਨੂੰ ਇੱਕ ਪ੍ਰੋਪਰ ਤਰੀਕੇ ਨਾਲ ਪ੍ਰਮੋਟ ਕੀਤਾ ਜਾਵੇ, ਉਹਦੇ ਕੋਰਸਿਸ ਨੂੰ ਪ੍ਰਮੋਟ ਕੀਤਾ ਜਾਵੇ। ਸਟੂਡੈਂਟ ਦਾ ਜਿਹੜਾ ਬੈਨੀਫਿਟ ਹੈ ਦੈਟ ਸ਼ੁੱਡ ਬੀ ਦਾ ਯੂਨੋ ਪ੍ਰਾਇਰ, ਤੁਹਾਡਾ ਪ੍ਰਾਇਓਰਿਟੀ ਜਿਹੜੀ ਹੋਣੀ ਚਾਹੀਦੀ ਉਹ ਸਟੂਡੈਂਟ ਦਾ ਹੋਣਾ ਚਾਹੀਦਾ। ਸਾਰੇ ਕੋਜ਼ ਯੂਨੋ ਕਿ ਸਟੂਡੈਂਟ ਨੂੰ ਉੱਥੇ ਅੱਛੇ ਕਾਲਜ 'ਤੇ ਭੇਜੋ, ਜਿਹੜੇ ਕੋਰਸ 'ਤੇ ਤੁਸੀਂ ਭੇਜ ਰਹੇ ਉਹਦਾ ਅੱਗੇ ਫਿਊਚਰ ਹੋਏ, ਉਹਦੀ ਸੈਟਲਮੈਂਟ ਬਣੇ ਜਾਂ ਵਰਕ ਵੀਜ਼ਾ 'ਤੇ ਉਹ ਕਨਵਰਟ ਹੋਏ, ਇਹ ਸਾਰੀ ਚੀਜ਼ਾਂ ਨੋਟ ਕਰਨਾ ਬਹੁਤ ਇੰਪੋਰਟੈਂਟ ਆ। ਔਰ ਜਿਹੜਾ ਇੱਕ ਕੋਆਰਡੀਨੇਸ਼ਨ ਆ, ਸਾਡੇ ਜਿਹੜੇ ਆਫਿਸਿਸ ਹੈਗੇ ਨੇ ਮਿਡਵੇ ਦੇ ਜਿੰਨੇ ਵੀ ਆਫਿਸਿਸ ਹੈਗੇ ਨੇ, ਸਭ ਦੀ ਕੋਆਰਡੀਨੇਸ਼ਨ ਦੇ ਪ੍ਰੋਪਰ ਤਰੀਕੇ ਨਾਲ ਅਸੀਂ ਡੇਲੀ ਬੈਠ ਕੇ ਇੱਕ ਡੇਲੀ ਟੀਮ ਤੋਂ ਕਰਦੇ ਹਾਂ। ਮੈਂ ਪਰਸਨਲੀ ਆਈ ਗੈਟ ਇਨਵੋਲਵਡ ਇਨ ਮੋਸਟ ਆਫ ਦਾ ਐਪਲੀਕੇਸ਼ਨ, ਆਈ ਟਰਾਈ ਟੂ ਯੂਨੋ ਸੀ ਦਾ ਫੰਡਸ। ਅਗਰ ਕੋਈ ਕਿਸੇ ਨੂੰ ਪੇਰੈਂਟ ਨੇ ਮੇਰੇ ਨਾਲ ਗੱਲ ਕਰਨੀ ਪਰਸਨਲੀ ਤਾਂ ਦੇਰ ਇਜ਼ ਅ ਵੇ ਟੂ ਗੈਟ ਇਨ ਟੱਚ ਵਿਦ ਮੀ। ਤੁਸੀਂ ਅਗਰ ਰੀਜਨਲ ਕੋਈ ਵੀ ਬ੍ਰਾਂਚਸ 'ਤੇ ਜਾ ਕੇ ਮੇਰੇ ਨਾਲ ਕਨੈਕਟ ਕਰਨਾ ਚਾਹੁੰਦੇ ਹੋ, ਉਹ ਵੀ ਕਨੈਕਟ ਕਰ ਸਕਦੇ ਹੋ। ਦੇਰ ਆਰ ਲੋਟ ਆਫ ਵੇਸ ਟੂ ਕਨੈਕਟ ਵਿਦ ਮੀ। ਐਂਡ ਬੇਸਿਕਲੀ ਮੈਂ ਇਹੀ ਕਹਾਂਗਾ ਕਿ ਜੋ ਵੀ ਅਸੀਂ ਇਸ ਟਾਈਮ ਮਿਡਵੇ ਦਾ ਹੈ ਜੋ ਸਟੇਟਸ ਕੋ ਇਨ ਟਰਮਸ ਆਫ ਨਿਊਜ਼ੀਲੈਂਡ, ਦੈਟ ਇਜ਼ ਬਿਕੋਜ ਆਫ ਆਵਰ ਕੰਸਿਸਟੈਂਸੀ। ਅਸੀਂ ਇਹ ਕੰਸਿਸਟੈਂਟ ਰਹੇ ਹਾਂ, ਸਿੰਸੀਅਰਿਟੀ ਨਾਲ ਕੰਮ ਕੀਤਾ, ਉਹਦੀ ਵਜ੍ਹਾ ਨਾਲ ਜੋ ਵੀ ਅਵਾਰਡਸ ਆ ਲੋਕ ਜਿਹੜੇ ਜ਼ਿਆਦਾ ਕਨੈਕਟ ਹੋਏ ਆ। ਇੱਕ ਕਨੈਕਟ ਹੋਰ ਵੀ ਕਾਲਰ ਸਾਡੇ ਨਾਲ ਹੋਏ ਆ ਜੀ, ਇਹਨਾਂ ਦੀ ਕਾਲ ਲੈਂਦੇ ਹਾਂ। ਹੈਲੋ, ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੀ 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 ਪੁੱਛੋ ਜੀ, ਉਹ ਸੁਣ ਰਹੇ ਨੇ, ਤੁਹਾਡੇ ਜਵਾਬ ਦੇਣਗੇ। ਮੈਡਮ, ਤੁਹਾਡਾ ਜਿਹੜਾ ਕੁਐਰੀ ਸੀ ਇਟ ਵਾਸ ਰਿਗਾਰਡਿੰਗ ਤੁਹਾਡੀ ਡਾਟਰ ਦੇ, ਜਿਹਨੇ ਕਿ ਬੀ ਏ ਆਨਰਸ ਕੀਤਾ ਹੋਇਆ ਔਰ 6.5 ਉਹਦੇ ਆਇਲਸ ਆ, ਤੋ ਬਹੁਤ ਹੀ ਅੱਛੀ ਕੁਆਲੀਫਿਕੇਸ਼ਨਸ ਮੈਨੂੰ ਲੱਗ ਰਹੀ ਹੈ ਔਰ ਬਹੁਤ ਹੀ ਅੱਛਾ ਪ੍ਰੋਫਾਈਲ ਆ ਨਿਊਜ਼ੀਲੈਂਡ ਵਾਸਤੇ, ਗ੍ਰੇਟ ਡੈਸਟੀਨੇਸ਼ਨ ਫੋਰ ਹਰ, ਸ਼ੀ ਕੈਨ ਇਨਰੋਲ ਫੋਰ ਏ ਪੀ ਜੀ ਡਿਪਲੋਮਾ। ਉਹਨੂੰ ਅਸੀਂ ਪੀ ਜੀ ਡਿਪਲੋਮਾ ਸਜੈਸਟ ਕਰ ਸਕਦੇ ਹਾਂ, ਜਿਹਦੇ ਬਾਅਦ ਉਹਨੂੰ 3 ਈਅਰ ਦਾ ਪੋਸਟ ਸਟੱਡੀ ਵਰਕ ਵੀਜ਼ਾ ਮਿਲ ਸਕਦਾ ਹੈ। ਤੋ ਉਹਦੇ ਵਿੱਚ ਤੁਸੀਂ ਪ੍ਰੀਫਰ ਕਰ ਸਕਦੇ ਹੋ ਆਕਲੈਂਡ ਸਿਟੀ ਵੀ ਲੈ ਸਕਦੇ ਹੋ, ਆਕਲੈਂਡ ਤੋਂ ਬਾਹਰ ਸਿਟੀਜ਼ ਵੀ ਮਿਲ ਜਾਣਗੀਆਂ। ਤੋ ਫੰਡ ਵਾਈਜ਼ ਵੀ ਤੁਹਾਨੂੰ ਥੋੜ੍ਹਾ ਜਿਹਾ ਆਈਡੀਆ ਮੈਂ ਦੇ ਸਕਦਾ ਹੈ ਕਿ ਜਿਵੇਂ 1 ਈਅਰ ਪੀ ਜੀ ਡਿਪਲੋਮਾ ਦਾ ਕੋਰਸ ਹੋਏਗਾ, ਇਹਦੇ ਵਿੱਚ ਜਿਹੜੀ ਫੰਡ ਦੀ ਰਿਕੁਆਇਰਮੈਂਟ ਕਰੀਬ ਕਰੀਬ 16 ਲੱਖ ਦੇ ਆਸਪਾਸ ਰਹੇਗੀ ਔਰ 16 ਲੱਖ ਤੁਸੀਂ ਜਿਹੜਾ ਫੰਡ ਸ਼ੋਅ ਕਰਨਾ ਹੈ ਦੈਟ ਕੈਨ ਬੀ ਸ਼ੋਨ ਆਈਦਰ ਇਨ ਦਾ ਫੋਰਮ ਆਫ ਐਜੂਕੇਸ਼ਨ ਲੋਨ, ਸੇਵਿੰਗ ਅਕਾਊਂਟ ਬੈਲੈਂਸ ਹੋ ਗਿਆ, ਫਿਕਸ ਡਿਪੋਜ਼ਿਟਸ ਹੋ ਗਿਆ, ਜੀ ਪੀ ਏ ਪੀ ਪੀ ਐਫ ਹੋ ਗਿਆ, ਲਾਸਟ 6 ਮੰਥ ਦੀ ਬੈਂਕ ਸਟੇਟਮੈਂਟ ਤੁਸੀਂ ਸ਼ੋਅ ਕਰ ਸਕਦੇ ਹੋ। ਜੋ ਵੀ ਹੈ ਇਨੀਸ਼ੀਅਲ ਫਸਟ ਤੁਹਾਡਾ ਇਹ ਰਹਿਣਾ ਚਾਹੀਦਾ ਕਿ ਤੁਸੀਂ ਸਾਡੇ ਨਾਲ ਕਮਿਊਨੀਕੇਸ਼ਨ ਇੱਕ ਡਿਵੈਲਪ ਕਰੋ, ਸਾਨੂੰ ਡਾਕੂਮੈਂਟ ਸੈਂਡ ਕਰੋ, ਉਹਦੇ ਬਾਅਦ ਅਸੀਂ ਫਰਦਰ ਲਵਾਂਗੇ। ਬਟ ਇੱਕ ਚੀਜ਼ ਅਸ਼ੋਰ ਕਰਾਂਗਾ, ਦਿਸ ਇਜ਼ ਅ ਵੈਰੀ ਗੁੱਡ ਐਪਲੀਕੇਸ਼ਨ ਫੋਰ ਨਿਊਜ਼ੀਲੈਂਡ। ਥੈਂਕ ਯੂ। ਮੇਰੇ ਖਿਆਲ ਹੈ ਵੀ ਡੈਲੀ ਤੋਂ ਹੀ ਨੇ ਜੀ, ਔਰ ਮੈਂ ਦੱਸ ਦੇਣਾ ਚਾਹੁੰਦਾ ਦਿੱਲੀ 'ਚ ਹੀ ਤਿਲਕ ਨਗਰ 'ਚ ਆਫਿਸ ਹੈ ਜੀ ਇਹਨਾਂ ਦਾ, ਬਿਲਕੁਲ ਮੈਟਰੋ ਦੇ ਕੋਲ, ਮੈਕਡੀ ਦੇ ਸਾਹਮਣੇ, ਮੈਕਡੀ ਦੇ ਉੱਪਰ ਸੇਮ ਬਿਲਡਿੰਗ, ਸੋ ਸੇਮ ਬਿਲਡਿੰਗ ਦੇ ਵਿੱਚ ਹੈ, ਬੜਾ ਸੌਖਾ ਜਿਹਾ ਲੱਭ ਜਾਂਦਾ, ਤੁਸੀਂ ਉੱਥੇ ਵਿਜ਼ਿਟ ਕਰ ਸਕਦੇ ਹੋ। ਔਰ ਵੱਡੀ ਗੱਲ, ਮਿਡਵੇ ਦੇ ਕੋਈ ਵੀ ਚਾਰਜਿਸ ਨਹੀਂ ਨੇ, ਮਿਡਵੇ ਕੋਈ ਤੁਹਾਨੂੰ ਫਾਈਲ ਪ੍ਰੋਸੈਸਿੰਗ ਦੇ ਰੂਪ ਦੇ ਵਿੱਚ ਚਾਰਜਿੰਗ ਨਹੀਂ ਕਰਦਾ, ਔਰ ਕਾਉਂਸਲਿੰਗ ਤਾਂ ਵੈਸੇ ਹੀ ਆਟੋਮੈਟਿਕਲੀ ਦਾ ਹੋ ਹੀ ਗਿਆ ਵੀ ਫ੍ਰੀ ਹੈ। ਜਿਵੇਂ ਹੁਣ ਡੇਲੀ ਤੋਂ ਵੀ ਜਿਹੜੇ ਆਪਾਂ ਗੱਲ ਕਰ ਰਹੇ ਸੀ, ਬੱਚਿਆਂ ਦੀ ਪਹਿਲੀ ਪਸੰਦ ਨਿਊਜ਼ੀਲੈਂਡ ਬਣਦੇ ਆ, ਹੁਣ ਪੇਰੈਂਟਸ ਵੀ ਕਾਲ ਕਰਨ ਲੱਗ ਗਏ ਵੀ ਬੱਚਿਆਂ ਨੂੰ ਨਿਊਜ਼ੀਲੈਂਡ ਭੇਜ। ਰੈਫਰਲ ਅਮਨ ਜੀ ਕਾਫੀ ਅੱਛਾ ਆ ਰਿਹਾ, ਜਿਹੜੇ ਬੱਚੇ ਗਏ ਨੇ ਹੁਣ ਇਹਦੇ ਰਿਲੇਟਿਵ ਕੋਈ ਹੋਏਗਾ, ਕੋਈ ਫਰੈਂਡ ਸਰਕਲ 'ਚ ਹੋਏਗਾ, ਸਟੂਡੈਂਟ ਦਾ ਕੋਈ ਨਾ ਕੋਈ ਨਾਲ ਪੜ੍ਹਦਾ ਹੋਏਗਾ, ਜਿਹੜੀ ਉਹ ਰੈਫਰੈਂਸਿਸ ਉੱਥੋਂ ਆ ਰਹੇਗੀ, ਅਸੀਂ ਉੱਥੇ ਪੜ੍ਹ ਕੇ ਬਹੁਤ ਹੀ ਅੱਛਾ ਸਾਨੂੰ ਲੱਗਿਆ ਜਾਂ ਸਾਨੂੰ ਜੋਬ ਓਪਰਚੁਨਿਟੀ ਅੱਛੀ ਮਿਲ ਗਈ ਹੈ, ਅਸੀਂ ਦੇਖ ਰਹੇ ਆਪਣਾ ਫਿਊਚਰ, ਇਹ ਸਭ ਨੂੰ ਦੇਖ ਕੇ ਪੇਰੈਂਟਸ ਵੀ ਕਾਫੀ ਮੋਟੀਵੇਟਡ ਹੋ ਰਹੇ ਨੇ। ਇੱਕ ਸਭ ਤੋਂ ਬੜਾ ਐਡਵਾਂਟੇਜ ਜਿਹੜਾ ਨਿਊਜ਼ੀਲੈਂਡ ਦਾ ਇੱਕ ਬਾਕੀ ਕੰਟਰੀਆਂ ਨਾਲ, ਇੱਕ ਲਿਵਿੰਗ ਕੋਸਟ ਵੀ ਘੱਟ, ਸਟੈਂਡਰਡ ਆਫ ਲਿਵਿੰਗ ਨਿਊਜ਼ੀਲੈਂਡ ਦਾ ਬਹੁਤ ਹਾਈ ਆ, ਬਟ ਦਾ ਲਿਵਿੰਗ ਕੋਸਟ ਜਿਹੜਾ ਤੁਸੀਂ ਅਗਰ ਕੰਪੇਅਰ ਕਰੋਗੇ ਕੈਨੇਡਾ ਆਸਟ੍ਰੇਲੀਆ ਨਾਲ, ਆਲ ਕਾਫੀ ਘੱਟ, ਤਾਂ ਉਹ ਵੀ ਇੱਕ ਐਡਵਾਂਟੇਜ ਹੁੰਦਾ, ਫੀਸ ਵਾਈਜ਼ ਵੀ ਕਾਫੀ ਐਡਵਾਂਟੇਜਸ ਮਿਲ ਜਾਂਦੀ ਹੈ ਨਿਊਜ਼ੀਲੈਂਡ ਵਿੱਚ। ਅੱਛਾ ਭਾਅ ਜੀ, ਇੱਕ ਚੀਜ਼ ਹੈ, ਜਦੋਂ ਅਸੀਂ ਨਿਊਜ਼ੀਲੈਂਡ ਦੀ ਗੱਲ ਕਰਦੇ ਹਾਂ, ਇਹਦੇ 'ਚ ਨਿਊਜ਼ੀਲੈਂਡ ਦਾ ਇਹ ਇੰਪੈਕਟ ਤਾਂ ਹੈ ਹੀ ਹੈ ਵੀ ਇੱਥੇ ਖਰਚਾ ਘੱਟ ਹੈ ਜਾਂ ਰਹਿਣਾ ਹੈ, ਅੱਜ ਇੰਪੈਕਟ ਨਿਊਜ਼ੀਲੈਂਡ ਤਾਂ ਵੀ ਜਿੱਦਾਂ ਅਗੋਸਟ ਦੇ ਵਿੱਚ ਚੇਂਜਿੰਗ ਆਈਆਂ, ਉਸ ਤੋਂ ਬਾਅਦ ਥੋੜ੍ਹਾ ਇੰਟਰਸਟ ਜ਼ਿਆਦਾ ਵਧਿਆ ਲੋਕਾਂ ਦਾ, ਵਰਕ ਪਰਮਿਟ ਪਰਮਿਸ਼ਨ ਵਧੀਆ। ਸੈਕਿੰਡ, ਅੱਜ ਇੱਕ ਕਾਰਨ ਹੋਰ ਹੈ, ਕੈਨੇਡਾ ਸੈਪਟੰਬਰ ਇਨਟੇਕ 2019 'ਚ ਐਡਮਿਸ਼ਨ ਮਿਲ ਰਹੀਆਂ ਬੱਚਿਆਂ ਨੂੰ, ਅਪਰੋਕਸੀਮੇਟਲੀ 1 ਈਅਰ। ਹਾਂਜੀ, ਆਸਟ੍ਰੇਲੀਆ ਬਹੁਤ ਜ਼ਿਆਦਾ ਸਾਹਮਣੇ ਨਹੀਂ ਆ ਰਿਹਾ ਰਿਜ਼ਲਟ ਵਜੋਂ, ਇਹ ਵੀ ਕਾਰਨ ਹੈ ਨਿਊਜ਼ੀਲੈਂਡ ਵੱਲ ਝੁਕਾਓ ਵਧਣ ਦਾ? ਡੈਫੀਨੇਟਲੀ ਇਹ ਵੀ ਰੀਜ਼ਨ ਹੈ। ਪਲੱਸ ਅਮਨ ਜੀ ਮੈਂ ਇਹ ਕਹਾਂਗਾ ਕਿ ਦੇਖੋ,
हर कंट्री का कोई ना कोई यूएसपी है, एक है एडवांटेजेस है डिसएडवांटेजेस है। कैनेडा दी मैं कहांगा कैनेडा साडे एरिया वास्ते सब वास्ते फर्स्ट प्रेफरेंस हमेशा रही है, लेकिन सेकंड ऑप्शन जेड़ा मैं हुण भी ये कहांगा कि तुसी न्यूजीलैंड नू लेके चलो, जेहो जा कैनेडा तुहानू फ्यूचर देंदी है, जेहो जा कैनेडा तुहानू पोस्ट स्टडी वर्क वीजा देंदी है, पी आर ऑप्शन देंदी है, सेम न्यूजीलैंड भी तुहानू देंदी है। ठीक है, न्यूजीलैंड एक रीजनेबल एक्सपेंसिस से देंदी है, न्यूजीलैंड में आइल्स की इन्नी अच्छी इन्नी रिक्वायरमेंट नहीं हैगी है, तो यू नो सब कुछ ही वही मिलता है, बट यू आर गोइंग टू ए डिफरेंट कंट्री वेयर ओपरचुनिटीज आर देयर। हुण कैनेडा फॉर एग्जाम्पल, अमन जी एक सॉरी एक कैनेडा फिर तुहानू पता है कि इन्ने स्टूडेंट्स जा चुके हैं, एक सैचुरेशन एक पॉइंट पर आंदा है, तुम्हें भी देखा कि बच्चे उत्थे पार्कों पर रह रहे हैं, कोई गुरुद्वारे च रह रहा है, कोई रह। फॉर्चुनेटली न्यूजीलैंड का यह टाइम नहीं है, न्यूजीलैंड गवर्नमेंट बड़ी स्ट्रिक्ट है इस टाइम, वो एक लिमिटेड नंबर ऑफ स्टूडेंट्स ही उस कंट्री से लैके जाना चाहती है, उन्होंने एक लिमिटेड एजेंट्स से जिन्हां नाल लोग काम करना चाहती है, तो बहुत ही अच्छा टाइम में कहांगा न्यूजीलैंड वास्ते। सो एक और कॉलर मौजूद ने जी, उन्हां दी कॉल लेने हैं। हेलो, हेलो, हाय सर। हेलो, हां जी मैम। सर मैं तमन्ना गल कर रही हूं जलंधर तो। जी तमन्ना, की पूछना चाहते हो? सर मैं एमबीए की थी 2018 से मार्केटिंग के विच। एमबीए मार्केटिंग 2018 जी। जी सर, मेरे 3.5 के आए हैं और इससे मेरे 7 आए हैं। ओके, और मैं पूछना चाहती हूँ सर, मेरी ना मैरिज में 1 साल हो गया है, कि मैं स्पाउस वीजा से जा सकती हूँ न्यूजीलैंड? जगजीत भाजी का जवाब देंगे जी। जगजीत जी की कहना? अमन जी मैं यही कहांगे कि ये भी बहुत अच्छी एक एप्लीकेशन है, ये न्यूजीलैंड वास्ते। स्पाउस के इसके बारे में ज़्यादा नहीं बोल सकता, बट ये जड़े एप्लीकेंट आ एप्लीकेंट सानू कॉन्टैक्ट कर सकते हैं, वी विल कनैक्ट हर टू द लाइसेंस एडवाइजर, जो पैनल ऑफ लाइसेंस एडवाइजर साढ़े नाल एनरोल ने, उस मैं कनैक्ट करा, बट स्टूडेंट प्रोफाइल से डेफिनेटली मैं डिस्कस ये कराँगा कि MBA इन्होंने मार्केटिंग की है, तो सर्टनली शी कैन डू ए नॉर्मल मैनेजमेंट ऑलसो, मैनेजमेंट या MBA होर भी कर सकती है, वेर शी कैन लुक फॉर ए डिफरेंट स्पेशलाइजेशन। अगर जिमें उन्हें हम MBA मार्केटिंग की, शी कैन लुक फॉर PG डिप्लोमा इन लॉजिस्टिक्स शिपिंग, जो अजकल बहुत पॉपुलर कोर्स आ, शी कैन ईवन लुक फॉर यू नो फाइनेंस का कोर्स कर सकते हैं, बैंकिंग का कोर्स कर सकते हैं, मतलब शी कैन लुक फॉर HR का कोर्स करते हैं, नॉर्मल एक मास्टर्स इन मैनेजमेंट भी कर सकते हो, योजी प्रोफाइल में मास्टर्स इन मैनेजमेंट एक थीसिस का प्रोग्राम आ TOEMI रिसर्च बेस्ड आ, उस भी असं देख सकते हैं इस प्रोफाइल में, तो बहुत ही अच्छा एक प्रोफाइल है, ये भी मास्टर्स वास्ते स्पाउस में, ये भी फुल टाइम वर्क परमिट मिल सकता है, जो कि लाइसेंस एडवाइजर तुहानू ब्रीफली सारा कुछ ब्रीफ करेंगे पॉइंट टू पॉइंट वाइज जो तुम सानू कॉन्टैक्ट करोगे। ये जिमें एक तो खुशी यह होंगी है भी जो साड़िया कुड़ियाँ साढ़े तियाँ साढ़िया भैन आप कॉल कर दया ने, पहले पेरेंट ने कॉल की अपनी बेटी लई, हूँ भी एक लड़की का कॉल है अपने स्पाउस नाल जाना, सो कितने कितने वो सवाल अज खत्म होता जा रहा है भी बाहर सिक्योर है कि नहीं। सारे दोनों कॉलेजों तुम्हें अमन जी असैसमेंट होगी कि जो अच्छे स्टूडेंट्स भी अजकल न्यूजीलैंड को अपना फर्स्ट डेस्टिनेशन लेके चल रहे हैं, अब शुरुआत इतों की शोध भी अज फर्स्ट डेस्टिनेशन बन गया न्यूजीलैंड। मैं एक गलो ये भी बधाई देना चाहना, अवार्ड विनिंग तो चलो कंपनी हैगी है मेडवे, बट एक गलो ये भी बधाई दे पात्र ने, जिमें बाकी फ्लैक्सिस बहुत जल्दी बदल दी, मेडवे द नहीं बदलिया लास्ट कई सालों तो सिर्फ न्यूजीलैंड ही सेम ही रहे। ये भी कारण है कुछ कंसिस्टेंसी का, भी कंसिस्टेंसी चलती आ रही है। डेफिनेटली कोई भी ट्रेड या कोई भी तुसी बिजनेस देखो या किसी भी लाइन ते फ्यूचर देखो, अगर तुसी कंसिस्टेंटली फॉर ए पीरियड ऑफ टाइम अगर काम करते हो तो ओबियसली तुहानू सक्सेस मिलता ही है, एंड मेडवे असी इको ही लाइन ते हमेशा चलते रहे हैं, इको ही कंट्री असी प्रेफर की है, हैविंग सेड दैट असी दूसरी कंट्रियां भी प्रमोट करते हैं, यहो जहाँ नहीं है, बट न्यूजीलैंड साडा मेन फोकस एरिया रहिंदा है, जिदे च असी एक्सपर्टीज एक है, हुण ENZ रिकोगनाइज्ड एजेंसी जिहड़ा नवे अनाउंसमेंट हुई है उहदे च भी असी पार्ट है, यू नो सो अगे भी असी देख रहे हैं यही अच्छा काम करन वास्ते। हाँ जी जी, सो मन दे विच कोई भी सवाल है जी तुसी सांझा कर सकते हो, मेडवे दी टीम दे नंबर चल रहे ने, कोई भी जानकारी तुसी डायरैक्टली भी मेडवे द्वारा लै सकते हो, स्पाउस नूं लैके भी कोई जानकारी है, LIA लाइसेंस इमीग्रेशन एडवाइजर इन्हों के पैनल ने प्रॉपरली गाइड करेंगे, और जो स्पाउस है इनू वर्क परमिट मिलता है जो नाल जाता है कुछ है भी लैवल 8 के या लैवल 9 जो जाता है या लैवल 7 दे विच भी चेंजेस हैगी है, नवी जी चेंजेस आई है लैवल 9 और PhD प्रोग्राम्स से पर्टिकुलरली, तो मैं यही राय देवगा इस मंच से क्योंकि मैं खुले जो बोल नहीं सकता ये, क्योंकि दे हैव द स्टूडेंट्स जो एप्लीकेंट्स जो स्पाउस केसिस पर्टिकुलरली देख रहे हैं, स्टूडेंट वाला जो पार्ट है असी 100% डील कर सकते, वी आर ऑथराइज टू डू इट, बट जो स्पाउस एंगल है यू हैव टू कॉन्टैक्ट अस, वी विल इंट्रोड्यूस टू द लाइसेंस एडवाइजर्स, जो 2-3 साडे पैनल ते दे विल ब्रीफ यू कि किहड़े च वर्क वीजा नहीं मिलेगा, किहड़े च स्पाउस नू फुल टाइम वर्क परमिट मिलेगा, बच्चे किहड़े कंपनी कर सकते हैं, डोमेस्टिक फीस लगेगी, इंटरनेशनल फीस लगेगी, यू नो ये सारी चीज़ों का सानू पता है और वो सारा तुहानू गाइडेंस मिलेगी, कोई मतलब मेडवे एक वन स्टॉप सोल्यूशन रहेगा, डेफिनेटली कोई प्रॉब्लम। जगजीत भाई अज जदों पंजाब दा टूर करदे हो, जदों बच्चियां नू मिलदे हो पहला नालों ते अज दे विच की फर्क देखदे हो क्वेरीज दे विच?
ਸੀ ਮੈਂ ਕਹਾਂ ਕੁਇਰੀਸ ਕਾਫੀ ਵਧੀ ਹੈ ਔਗਸਟ ਦੇ ਬਾਅਦ ਜਦੋਂ ਅਨਾਊਂਸਮੈਂਟ ਨਿਊਜ਼ੀਲੈਂਡ ਗਵਰਨਮੈਂਟ ਦੀ ਹੋਈ ਹੈ ਵਿਦ ਰਿਗਾਰਡਸ ਟੂ ਪੀ ਐਸ ਡਬਲਿਊ ਬਹੁਤ ਹੀ ਕਾਫੀ ਇੰਟਰਸਟ ਅਸੀਂ ਦੇਖਿਆ ਜਿੰਨੇ ਵੀ ਫੇਅਰਸ ਅਸੀਂ ਔਰਗਨਾਈਜ਼ ਕਰ ਰਹੇ ਹਾਂ ਸਭ ਤੋਂ ਜਿਹੜੀ ਬੈਸਟ ਪਾਰਟ ਅਬਾਊਟ ਦਿਸ ਇਜ਼ ਕਿ ਜਿਹੜੇ ਕੁਆਲਿਟੀ ਸਟੂਡੈਂਟਸ ਜਿਵੇਂ ਅਸੀਂ ਹੁਣ ਵੀ ਦੇਖਿਆ ਕਿ ਕੁਆਲਿਟੀ ਸਟੂਡੈਂਟਸ ਜਿਹੜੇ ਆ ਹੁਣ ਮੋਟੀਵੇਟ ਹੋ ਰਹੇ ਨੇ ਪਹਿਲਾਂ ਇੱਕ ਨਿਊਜ਼ੀਲੈਂਡ ਦਾ ਇੱਕ ਫੋਰਚੂਨੇਟਲੀ ਅਨਫੋਰਚੂਨੇਟਲੀ ਇੱਕ ਇਹੋ ਜਿਹਾ ਮਾਇੰਡ ਇੱਕ ਦਿਮਾਗ 'ਚ ਬੱਚਿਆਂ ਦਾ ਹੈ ਸੀ ਕਿ ਬਈ ਕਿੱਥੇ ਨਹੀਂ ਹੋਇਆ ਤਾਂ ਨਿਊਜ਼ੀਲੈਂਡ ਚਲੇ ਜਾਈਏ ਇਹ ਵਾਲਾ ਜਿਹੜਾ ਮਾਇੰਡ ਤੋਂ ਉਹ ਨਿਕਲ ਗਿਆ ਬੱਚਿਆਂ ਦੇ ਹੁਣ ਕਿਉਂਕਿ ਨਿਊਜ਼ੀਲੈਂਡ ਵੀਜ਼ਾ ਹੁਣ ਮੈਨੂੰ ਲੱਗਦਾ ਹੈ ਕਿ ਸਭ ਤੋਂ ਡਿਫੀਕਲਟ ਵੀਜ਼ਾ ਨਿਊਜ਼ੀਲੈਂਡ ਵੀਜ਼ਾ ਇਸ ਟਾਈਮ ਅਗਰ ਅੱਛਾ ਕਾਲਰ ਸਾਡੇ ਨਾਲ ਮੌਜੂਦ ਨੇ ਪਹਿਲੇ ਕਾਲ ਲੈਂਦੇ ਹਾਂ ਅੱਜ ਸਪੈਸ਼ਲੀ ਸ਼ੋਅ ਇਹਨਾਂ ਲਈ ਹੈ ਹੈਲੋ ਸਤਿ ਸ਼੍ਰੀ ਅਕਾਲ ਜੀ ਸਰ ਮੈਂ ਸਰ ਨਾਲ ਗੱਲ ਕਰ ਲਈ ਜੀ ਜੀ ਸਰ ਕੌਣ ਬੋਲ ਰਿਹਾ ਸਰ ਮੈਂ ਰਾਹੁਲ ਬੋਲ ਰਿਹਾ ਸੀ ਰਾਹੁਲ ਜੀ ਕਿੱਥੋਂ ਬੋਲ ਰਹੇ ਹੋ ਰਾਜਪੁਰ ਤੋਂ ਬੋਲ ਰਿਹਾ ਜੀ ਕੀ ਪੁੱਛਣਾ ਚਾਹੁੰਦੇ ਸਰ ਪੁੱਛੋ ਸਰ ਮੇਰੇ ਨਾਲ ਸਿੱਖ ਬੈਂਡ ਹੈ ਤੇ ਮੈਂ ਇੱਕ ਵਾਰ ਰਿਫਿਊਜ਼ ਹਾਂ ਆਸਟ੍ਰੇਲੀਆ ਤੋਂ ਓਕੇ ਤੇ ਸਰ ਨਿਊਜ਼ੀਲੈਂਡ ਦਾ ਕਰਨਾ ਚਾਹੁੰਦਾ ਸੀ ਮੈਂ ਆਸਟ੍ਰੇਲੀਆ ਤੋਂ ਰਿਫਿਊਜ਼ਲ ਹੈ ਸਰ ਸਿਕਸ ਬੈਂਡ ਨੇ ਆ ਕੀਤਾ ਕੀ ਹੋਇਆ ਰਾਹੁਲ ਜੀ ਸਰ ਮੈਂ ਨੋਨ ਮੈਡੀਕਲ ਕੀਤੀ ਹੈ ਪਲੱਸ 2 ਹਾਂਜੀ ਹਾਂਜੀ ਕਿਹੜੇ ਇਅਰ ਚ ਲਾਸਟ ਇਅਰ ਸਰ 2017 2017 ਨੋਨ ਮੈਡੀਕਲ ਸੀ ਇਹੋ ਜਿਹੀ ਬਹੁਤ ਸਾਰੀ ਐਪਲੀਕੇਸ਼ਨ ਸਾਡੇ ਕੋਲ ਆਉਂਦੀ ਹੈ ਕੈਨੇਡਾ ਰਿਫਿਊਜ਼ਲ ਔਰ ਆਸਟ੍ਰੇਲੀਆ ਰਿਫਿਊਜ਼ਲ ਦੇਖੋ ਹਰ ਕੰਟਰੀ ਦਾ ਇੱਕ ਅਸੈਸਮੈਂਟ ਵੀਜ਼ਾ ਅਸੈਸਮੈਂਟ ਕ੍ਰਾਈਟੀਰੀਆ ਡਿਫਰੈਂਟ ਆ ਇਹ ਵੀ ਅੱਛੀ ਪ੍ਰੋਫਾਈਲ ਹੈ ਨਿਊਜ਼ੀਲੈਂਡ ਵਾਸਤੇ 2017 ਅਗਰ ਉਹਦਾ ਡਿਕਲਾਈਨ ਹੋਇਆ 2017 12th ਪਾਸ ਆ ਨੋਨ ਮੈਡੀਕਲ ਲੈਵਲ ਆ ਮੈਥਸ ਸਿਕਸ ਬੈਂਡ ਮੈਥਸ ਹੋਏਗੇ ਸਿਕਸ ਬੈਂਡਸ ਮੀਟ ਕਰਦਾ ਕ੍ਰਾਈਟੀਰੀਆ ਯੂ ਨੋ ਹੁਣ ਇਹ ਦੇਖਣਾ ਪਏਗਾ ਕਿ ਜਿਹੜੇ ਸਟੂਡੈਂਟ ਐਪਲੀਕੈਂਟ ਜਿਹੜੇ ਕਾਲ ਕਰ ਰਹੇ ਸੀ ਉਹਨਾਂ ਨੇ ਕੋਰਸ ਕਿਹੜਾ ਅਪਲਾਈ ਕੀਤਾ ਸੀ ਆਸਟ੍ਰੇਲੀਆ ਯੂ ਨੋ ਦੇ ਕੈਨ ਡੈਫੀਨੇਟਲੀ ਅਪਲਾਈ ਫੋਰ ਨਿਊਜ਼ੀਲੈਂਡ ਇਹੋ ਜਿਹੇ ਕੇਸਿਸ ਕਾਫੀ ਸਾਰੇ ਅਪਰੂਵ ਹੋਏ ਨੇ ਚਾਹੇ ਕੈਨੇਡਾ ਆਸਟ੍ਰੇਲੀਆ ਬੱਚਿਆਂ ਦੇ ਕਈ ਵਾਰ ਦਿਮਾਗ 'ਚ ਆ ਜਾਂਦਾ ਵੀ ਸਾਡੀ ਵਾਲੀ ਪਹਿਲੀ ਜਿਹੜੀ ਰਿਫਿਊਜ਼ਲ ਹੈ ਉਹ ਕੋਈ ਪ੍ਰੋਬਲਮ ਤਾਂ ਨਹੀਂ ਮੈਂ ਉਹੀ ਕਹਿ ਰਿਹਾ ਹਰ ਕੰਟਰੀ ਦਾ ਅਸੈਸਮੈਂਟ ਕ੍ਰਾਈਟੀਰੀਆ ਹੈ ਨਿਊਜ਼ੀਲੈਂਡ ਜਿਹੜਾ ਮੇਨ ਫੋਕਸ ਹੋ ਰਹਿੰਦਾ ਕਿ ਇੰਟਰਵਿਊ 'ਚ ਪਲੱਸ ਫੰਡਸ ਦਾ ਰਹਿੰਦਾ ਤਾਂ ਅਗਰ ਸਟੂਡੈਂਟ ਕਮਿਊਨੀਕੇਸ਼ਨ ਸਕਿੱਲਸ ਅੱਛੀ ਹੈ ਫੰਡਸ ਉਹਦੇ ਅੱਛੇ ਮੇਨਟੇਨਡ ਆ ਔਰ ਅਗਰ ਕੋਰਸ ਸਾਨੂੰ ਪਤਾ ਲੱਗ ਜਾਏ ਤਾਂ ਸਿਮਿਲਰ ਕੋਰਸ 'ਤੇ ਅਸੀਂ ਨਿਊਜ਼ੀਲੈਂਡ ਵੀ ਅਪਲਾਈ ਕਰ ਸਕਦੇ ਹਾਂ ਅਸੀਂ ਪਿਛਲੇ ਮੈਂ ਐਕਸਪੀਰੀਅੰਸ ਤੋਂ ਇਹ ਦੱਸ ਸਕਦੇ ਹਾਂ ਕਾਫੀ ਬਹੁਤ ਐਪਲੀਕੇਸ਼ਨ ਜਿਹੜੇ ਆਸਟ੍ਰੇਲੀਆ ਡਿਕਲਾਈਨ ਨਿਊਜ਼ੀਲੈਂਡ ਵਿੱਚ ਅਪਰੂਵ ਹੋਏ ਨੇ ਔਰ ਕੈਨੇਡਾ ਡਿਕਲਾਈਨ ਵੀ ਨਿਊਜ਼ੀਲੈਂਡ ਵਿੱਚ ਅਪਰੂਵ ਹੋਏ ਤਾਂ ਕੋਈ ਮੈਨੂੰ ਪ੍ਰੋਬਲਮ ਨਹੀਂ ਲੱਗ ਰਹੀ ਇਸ ਪ੍ਰੋਫਾਈਲ 'ਤੇ ਸੋ ਰਾਹੁਲ ਜੀ ਮੇਰੇ ਕਿਹਾ ਤੁਹਾਨੂੰ ਤੁਹਾਡੇ ਸਵਾਲ ਦਾ ਜਵਾਬ ਮਿਲ ਗਿਆ ਹੋਏਗਾ ਕੋਈ ਵੀ ਰਿਜੈਕਸ਼ਨ ਕਿਸੇ ਵੀ ਦੂਸਰੀ ਕੰਟਰੀ ਦੇ ਵਿੱਚ ਕਾਰਨ ਨਹੀਂ ਬਣਦੀ ਬਟ ਇੱਕੋ ਗੱਲ ਹਿਡਨ ਕੋਈ ਚੀਜ਼ ਨਾ ਰੱਖਿਓ ਜੇ ਰਿਫਿਊਜ਼ਲ ਹੈ ਆਪਣੇ ਐਕਸਪਰਟ ਤੱਕ ਜ਼ਰੂਰ ਸਾਂਝੀ ਕਰੋ ਅੱਛਾ ਕਈ ਵਾਰੀ ਹੁੰਦਾ ਬੱਚਾ ਐਕਸਪਰਟ ਤੱਕ ਹੀ ਨਹੀਂ ਹੈ ਸਾਂਝੀ ਕਰਦਾ ਵੀ ਮੇਰੀ ਪਹਿਲੇ ਰਿਫਿਊਜ਼ਲ ਸੀ ਡੈਫੀਨੇਟਲੀ ਇਹ ਵੀ ਬਹੁਤ ਕਾਫੀ ਰੈਂਪੈਂਟਲੀ ਚੱਲ ਰਿਹਾ ਸੀ ਪੰਜਾਬ ਆਪਣੇ ਇਸ ਮਾਰਕੀਟ ਨੌਰਥ ਇੰਡੀਆ ਵਿੱਚ ਬਟ ਅਸੀਂ ਇਹੀ ਗਾਈਡ ਕਰਦੇ ਹਾਂ ਜਿਹੜਾ ਫਸਟ ਕਾਉਂਸਲਿੰਗ ਸਾਡੀ ਹੁੰਦੀ ਹੈ ਸਟੂਡੈਂਟ ਨਾਲ ਅਸੀਂ ਇਹੀ ਕੋਸ਼ਿਸ਼ ਕਰਦੇ ਹਾਂ ਕਿ ਉਹ ਸਾਰਾ ਕੁਝ ਬੱਚੇ ਕੋਲੋਂ ਲਈਏ ਕਈ ਵਾਰ ਬੱਚਾ ਇੱਥੇ ਜਾਂਦਾ ਅਸੀਂ ਉਹਨੂੰ ਕੋਈ ਅਫੈਕਟ ਨਹੀਂ ਕਰੇਗਾ ਕਈ ਏਜੰਟ ਹੁੰਦੇ ਮੈਂ ਦੇਖਿਆ ਕਿ ਡਰਾ ਦਿੰਦੇ ਨਹੀਂ ਜੀ ਤੂੰ ਰਹਿੰਦੇ ਤੇਰਾ ਇਹ ਡਿਕਲਾਈਨ ਹੋਇਆ ਤੇਰਾ ਵੀਜ਼ਾ ਹੀ ਨਹੀਂ ਆਉਣਾ ਅਸੀਂ ਤਾਂ ਕਹਿੰਦੇ ਚਾਹੇ ਤੁਹਾਡਾ ਕੈਨੇਡਾ ਹੋਏ ਆਸਟ੍ਰੇਲੀਆ ਹੋਏ ਕੋਈ ਵੀ ਹੋਏ ਤੁਸੀਂ ਸਾਨੂੰ ਡਿਸਕਲੋਜ਼ ਕਰੋ ਵੀ ਵਿਲ ਫਾਈਂਡ ਅ ਵੇ ਆਊਟ ਪਤਾ ਨਹੀਂ ਹੁਣ ਤੁਹਾਡੀ ਨੌਲੇਜ ਸ਼ਾਇਦ ਹੋਏਗਾ ਤੁਸੀਂ ਵੀ ਇੰਡਸਟਰੀ 'ਚੋਂ ਕਈ ਕੇਸ ਇਹੋ ਜਿਹੇ ਸਾਹਮਣੇ ਵੀ ਆਏ ਐਕਸਪਰਟਸ ਬਾਰੇ ਪਤਾ ਲੱਗੇ ਜਿਹ 'ਚ ਬੱਚਿਆਂ ਦਾ ਅਪਲਾਈ ਨਹੀਂ ਕੀਤਾ ਜਾਂਦਾ ਇੱਕ ਝੂਠੀ ਰਿਜੈਕਸ਼ਨ ਲਵਾ ਕੇ ਦੇ ਦਿੱਤੀ ਜਾਂਦੀ ਵੀ ਤੁਹਾਡਾ ਰਿਜੈਕਸ਼ਨ ਆ ਗਿਆ ਹਾਂਜੀ ਹੁਣ ਉਹ ਬੱਚਾ ਤਾਂ ਆਪਣੇ ਆਪ ਨੂੰ ਰਿਜੈਕਟ ਸਮਝ ਰਿਹਾ ਐਕਚੁਅਲ ਉਹਦਾ ਅਪਲਾਈ ਨਹੀਂ ਹੋਇਆ ਸੋ ਇਹ ਖਾਸ ਕਰ ਆਸਟ੍ਰੇਲੀਆ ਦੇ ਵਿੱਚ ਹੋ ਰਿਹਾ ਡੈਫੀਨੇਟਲੀ ਉਹੀ ਆ ਬੇਸਿਕਲੀ ਦੇਖੋ ਆਸਟ੍ਰੇਲੀਆ ਜਾਂ ਕੈਨੇਡਾ ਜਾਂ ਨਿਊਜ਼ੀਲੈਂਡ ਜੋ ਵੀ ਲਓ ਮੈਂ ਇਹੀ ਕਹਾਂਗਾ ਕਿ ਤੁਸੀਂ ਜਿਹੜੇ ਸਪੈਸ਼ਲਿਸਟ ਕੰਸਲਟੈਂਟਸ ਹੈਗੇ ਨੇ ਜਿਹੜੇ ਇਸ ਇੰਡਸਟਰੀ ਵਿੱਚ ਕਾਫੀ ਟਾਈਮ ਤੋਂ ਕੰਮ ਕਰ ਰਹੇ ਜੋ ਕਿ ਤੁਸੀਂ ਔਨਲਾਈਨ ਵੀ ਸਰਚ ਕਰ ਸਕਦੇ ਹੋ ਹੋਰ ਵੀ ਡਿਫਰੈਂਟ ਮੀਡੀਅਮਸ ਆ ਜਿਹਦੇ ਤੁਸੀਂ ਸਰਚ ਕਰ ਸਕਦੇ ਜਿਨ੍ਹਾਂ ਦੀ ਇੱਕ ਰਿਕੋਗਨੀਸ਼ਨ ਹੈ ਇੰਡੀਵਿਜੁਅਲ ਗਵਰਨਮੈਂਟਸ ਤੋਂ ਉਹਨਾਂ ਕੋਲ ਤੁਸੀਂ ਜਾਓ ਉਹਨਾਂ ਕੋਲ ਪ੍ਰੋਪਰ ਰਾਏ ਦਿਓ ਮੈਨੂੰ ਨਹੀਂ ਲੱਗਦਾ ਕਿ ਜਿਹੜੇ ਬ੍ਰਾਂਡਡ ਜਾਂ ਅੱਛੇ ਕੰਸਲਟੈਂਟ ਹੈਗੇ ਨੇ ਉਹ ਤੁਹਾਨੂੰ ਕੋਈ ਗਲਤ ਗਾਈਡੈਂਸ ਦੇਣਗੇ ਬਟ ਤੁਸੀਂ ਅਗਰ ਉਹੀ ਆਪਣੇ ਫਰੈਂਡ ਸਰਕਲ ਜਾਂ ਫਾਦਰ ਦੇ ਦੋਸਤ ਤੇ ਕਿਸੇ ਪਿੰਡ ਦੇ ਅਗਰ ਕਿਸੇ ਨੇ ਜਾਣਦੇ ਹੋ ਉਹਨੂੰ ਫਾਈਲ ਫੜਾਤੀ ਤਾਂ ਓਬਵੀਅਸਲੀ ਇਹ ਸਾਰੇ ਸਿਨਾਰੀਓਸ ਜਿਹੜੇ ਹੈਗੇ ਨੇ ਉਹਦੇ 'ਚ ਹੀ ਬੇਸਡ ਆ ਅਸੀਂ ਕਾਫੀ ਰਿਸਰਚ ਕੀਤਾ ਔਰ ਇਹੀ ਸਭ ਚੀਜ਼ਾਂ ਉੱਤੇ ਹੀ ਆਉਂਦੀਆਂ ਬਿਲਕੁਲ ਹਾਂਜੀ ਬਹੁਤ ਵਧੀਆ ਗੱਲ ਕੀਤੀ ਹੈ ਜਗਜੀਤ ਭਾਈ ਨੇ ਬਹੁਤ ਵਧੀਆ ਕੰਸਲਟੈਂਟ ਮਾਰਕੀਟ ਦੇ ਵਿੱਚ ਬੈਠੇ ਨੇ ਨਿਊਜ਼ੀਲੈਂਡ ਕਰਨਾ ਨਿਊਜ਼ੀਲੈਂਡ ਦੇ ਸਪੈਸ਼ਲਿਸਟ ਤੋਂ ਕਰੋ ਕੈਨੇਡਾ ਕਰਨਾ ਉਹਦੇ ਸਪੈਸ਼ਲਿਸਟ ਤੋਂ ਕਰੋ ਆਸਟ੍ਰੇਲੀਆ ਕਰਨਾ ਆਸਟ੍ਰੇਲੀਆ ਦੇ ਸਪੈਸ਼ਲਿਸਟ ਤੋਂ ਕਰੋ ਕਿਉਂਕਿ ਉੱਥੇ ਇਹ ਚਾਂਸਿਸ ਨਹੀਂ ਹੁੰਦੇ ਬਟ ਜਦੋਂ ਅਸੀਂ ਉਹੀ ਗੱਲ ਵੀ ਜਾਣ ਪਛਾਣ ਵਾਲਾ ਜੀ ਉਹਨੇ ਫਲਾਣੇ ਨੇ ਦੱਸਿਆ ਜੀ ਅਸੀਂ ਫੜਾਇਆ ਉਹਨੇ ਆ ਬਿਨਾਂ ਕਿਸੇ ਕੁਐਰੀ ਤੋਂ ਬਿਨਾਂ ਕਿਸੇ ਪੁੱਛ ਪੜਤਾਲ ਤੋਂ ਉਦੋਂ ਇਹੋ ਜਿਹੀ ਚੀਜ਼ਾਂ ਜ਼ਰੂਰ ਸਾਹਮਣੇ ਔਰ ਇਹਦੇ ਵਿੱਚ ਅਮਨ ਜੀ ਇੱਕ ਆ ਕਿ ਹੁਣ ਬੱਚਾ ਜਿਹੜਾ ਸਟੂਡੈਂਟ ਹੁੰਦਾ ਹੈ ਪੇਰੈਂਟ ਕਈ ਵਾਰ ਇਗਨੋਰੈਂਟ ਹੁੰਦੇ ਇੱਕ ਫੈਕਟ 'ਤੇ ਕਿ ਜਿਹੜੀ ਵੀ ਐਪਲੀਕੇਸ਼ਨਸ ਵੀਜ਼ਾ ਐਪਲੀਕੇਸ਼ਨਸ ਹੁੰਦੀ ਵਿੱਚ ਉਹਦੇ ਕਮਿਸ਼ਨ ਸਟਰਕਚਰ ਹੁੰਦਾ ਹੈ ਕੁਛ ਨਾ ਕੁਛ ਤਾਂ ਹੁਣ ਜਿੱਥੋਂ ਹੀ ਫੜਾਉਂਦੇ ਉਸ ਬੰਦੇ ਦਾ ਕੋਈ ਨਾ ਕੋਈ ਇੰਟਰਸਟ ਜ਼ਰੂਰ ਹੁੰਦਾ ਉਹ ਇੰਟਰਸਟ ਦੇ ਚੱਕਰ ਵਿੱਚ ਹੀ ਸਾਰੀ ਚੀਜ਼ਾਂ ਜਿਹੜੀ ਮੈਨੂਪੂਲੇਸ਼ਨਸ ਆ ਉਹ ਹੁੰਦੀ ਹੈ ਉਹੀ ਬੱਚੇ ਨਾਲ ਜਿਹੜਾ ਖੇਲ ਹੁੰਦਾ ਖੇਡ ਜਿਹੜੀ ਖੇਡੀ ਜਾਂਦੀ ਹੈ ਉਹ ਬੇਸਿਕਲੀ ਉਹ ਪੈਸੇ ਵਾਸਤੇ ਹੀ ਹਰਾਸ਼ਮੈਂਟ ਸਾਰੀ ਬੱਚੇ ਨੂੰ
ਉਹਨਾਂ ਨੂੰ ਇੱਕ ਤੁਹਾਡੀ ਜਿਹੜੀ ਸੋਸ਼ਲ ਸਾਈਟ ਤੁਹਾਡੇ ਹੱਥ ਦੇ ਵਿੱਚ ਮੋਬਾਈਲ ਹੈ ਉਹਦਾ ਯੂਜ਼ ਕਰੋ, ਉੱਥੋਂ ਉਹਨਾਂ ਦੇ ਫੀਡਬੈਕ ਲਓ, ਫਿਰ ਉਹਨਾਂ ਕੋਲ ਜਾ ਕੇ ਜ਼ਰੂਰ ਅਪਲਾਈ ਕਰੋ। ਮੈਂ ਕੁਛ ਬੱਚਿਆਂ ਨੂੰ ਤੁਹਾਨੂੰ ਮਿਲਾਉਣਾ ਚਾਹੁੰਦਾ ਜਿਹੜੇ ਆਲਰੇਡੀ ਸਰਵਿਸਿਜ਼ ਲੈ ਚੁੱਕੇ ਨੇ ਮੈਡਵੇ ਤੋਂ, ਉਹ ਬੱਚਿਆਂ ਦਾ ਐਕਸਪੀਰੀਅੰਸ ਕੀ ਰਿਹਾ। ਅਸੀਂ ਤਾਂ ਗੱਲ ਕਰ ਰਹੇ ਹਾਂ ਮੈਡਵੇ ਬਾਰੇ ਅੱਜ, ਤੁਹਾਨੂੰ ਵੀ ਜਾਣਕਾਰੀ ਦੇ ਰਹੇ ਹਾਂ, ਬਟ ਉਹ ਬੱਚਿਆਂ ਦਾ ਐਕਸਪੀਰੀਅੰਸ ਜਾਣਦੇ ਹਾਂ, ਉਹਨਾਂ ਨੂੰ ਕਿੱਦਾਂ ਦਾ ਲੱਗਿਆ? ਹੈਲੋ ਫਰੈਂਡਸ, ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਐਂਡ ਮੈਂ ਬਿਆਸ ਸਿਟੀ ਤੋਂ ਬਿਲੋਂਗ ਕਰਦਾ। ਮੈਂ 2015 ਵਿੱਚ ਆਪਣੀ ਬੀਕੌਮ ਕੰਪਲੀਟ ਕੀਤੀ, ਉਸ ਤੋਂ ਬਾਅਦ 6.5 ਬੈਂਡ ਸਕੋਰ ਕੀਤੇ ਆਈਲੈਟਸ ਵਿੱਚ, ਐਂਡ ਮੈਂ ਦੂਸਰੇ ਕੰਸਲਟੈਂਟ ਕੋਲੋਂ ਕਿਸੇ ਕੋਲ ਫਾਈਲ ਲਗਾਈ ਸੀ। 4 ਵਾਰ ਮੇਰਾ ਵੀਜ਼ਾ ਰਿਫਿਊਜ਼ ਹੋਇਆ ਕੈਨੇਡਾ ਦਾ। ਮੇਰੇ ਇੱਕ ਫਰੈਂਡ ਨਿਊਜ਼ੀਲੈਂਡ 'ਚ ਰਹਿੰਦਾ ਸੁਖਬੀਰ ਬਲ, ਉਹਨੇ ਮੈਨੂੰ ਸੁਜੈਸਟ ਕੀਤਾ ਕਿ ਮੈਡਵੇ ਐਜੂਕੇਸ਼ਨ ਕੰਸਲਟੈਂਟ ਪ੍ਰਾਈਵੇਟ ਲਿਮਿਟਡ 'ਚ ਜਾ ਕੇ ਇੱਕ ਵਾਰ ਜ਼ਰੂਰ ਮਿਲ। ਮੈਂ ਉੱਥੇ ਗਿਆ, ਵਿਜ਼ਿਟ ਕੀਤਾ ਐਂਡ ਗੁਰਸ਼ਰਨ ਸਰ ਨੂੰ ਮਿਲਿਆ, ਜੋ ਕਿ ਉਹਨਾਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਗਾਈਡ ਕੀਤਾ ਮੈਨੂੰ, ਔਰ ਮੇਰੀ ਸਟੱਡੀ ਆਪਸ਼ਨ ਬਾਰੇ ਦੱਸਿਆ ਕਿ ਨਿਊਜ਼ੀਲੈਂਡ ਕਿੱਦਾਂ ਆਪਾਂ ਫਾਈਲ ਅਪਲਾਈ ਕਰ ਸਕਦੇ ਹਾਂ। ਉਸ ਤੋਂ ਬਾਅਦ ਮੈਂ ਆਪਣੀ ਫਾਈਲ ਅਪਲਾਈ ਕੀਤੀ, ਮੇਰਾ 3 ਹਫ਼ਤਿਆਂ ਦੇ ਵਿੱਚ ਹੀ ਵੀਜ਼ਾ ਆ ਗਿਆ। ਤੁਸੀਂ ਮੇਰਾ ਵੀਜ਼ਾ ਦੇਖ ਸਕਦੇ ਹੋ। ਮੈਂ ਸਾਰਿਆਂ ਆਪਣੇ ਫਰੈਂਡਸ ਨੂੰ ਔਰ ਜੋ ਵੀ ਬਾਹਰ ਜਾਣ ਦੇ ਬਾਰੇ ਸੋਚ ਰਹੇ ਆ ਉਹਨਾਂ ਨੂੰ ਇਹੀ ਸੁਜੈਸਟ ਕਰਨਾ ਚਾਹੁੰਦਾ ਕਿ ਤੁਸੀਂ ਮੈਡਵੇ ਔਫਿਸ ਜਲੰਧਰ ਵਿੱਚ ਜ਼ਰੂਰ ਆ ਕੇ ਮਿਲੋ ਇੱਕ ਵਾਰ। ਬਹੁਤ ਹੀ ਵਧੀਆ ਸਰਵਿਸਿਜ਼ ਪ੍ਰੋਵਾਈਡ ਕਰਦੇ ਆ ਐਂਡ ਇਹਨਾਂ ਦੇ ਕੋਈ ਵੀ ਚਾਰਜ ਨਹੀਂ ਰਹਿੰਦੇ ਬਿਫੋਰ ਵੀਜ਼ਾ ਐਂਡ ਆਫਟਰ ਵੀਜ਼ਾ। ਮੈਂ ਇਹੀ ਸੁਜੈਸਟ ਕਰਨਾ ਚਾਹੁੰਦਾ ਕਿ ਤੁਸੀਂ ਇਹਨਾਂ ਇੱਥੇ ਆ ਕੇ ਜ਼ਰੂਰ ਮਿਲੋ। ਮੈਂ ਇਹਨਾਂ ਦੀ ਸਰਵਿਸਿਜ਼ ਤੋਂ ਬਹੁਤ ਸੈਟਿਸਫਾਈ ਹਾਂ। ਥੈਂਕ ਯੂ। ਮੇਰਾ ਨਾਮ ਰਜੇਸ਼ ਸ਼ਰਮਾ ਹੈ ਐਂਡ ਆਈ ਬਿਲੋਂਗ ਟੂ ਮੋਗਾ। ਮੈਂ ਆਪਦੀ ਬੀਕੌਮ ਸੈਕਿੰਡ ਈਅਰ ਤੋਂ ਬਾਅਦ ਛੱਡ ਦਿੱਤੀ ਸੀ, ਅਤੇ ਇਸ ਤੋਂ ਬਾਅਦ ਬਹੁਤ ਸਾਰੇ ਕੰਸਲਟੈਂਟਾਂ ਨੇ ਮੈਨੂੰ ਰਿਫਿਊਜ਼ ਕਰ ਦਿੱਤਾ, ਪਰ ਆਈ ਡਿਸਾਈਡਿਡ ਟੂ ਟੀਚ ਮਾਈ ਫਾਈਲ ਔਨ ਮੈਡਵੇ ਐਜੂਕੇਸ਼ਨ ਕੰਸਲਟੈਂਟ ਪ੍ਰਾਈਵੇਟ ਲਿਮਿਟਿਡ ਐਂਡ ਦੇ ਆਰ ਐਂਡ ਦੇ ਗਾਈਡਡ ਮੀ ਵੈਰੀ ਵੈਲ ਐਂਡ ਦੇ ਪ੍ਰੋਵਾਈਡ ਦੀ ਵੈਲ ਪ੍ਰਿਪਰੇਸ਼ਨ ਫੋਰ ਇੰਟਰਵਿਊ ਐਂਡ ਸਪੈਸ਼ਲ ਦੀਪਮ ਮੈਮ, ਉਹਨਾਂ ਨੇ ਮੇਰੀ ਫਾਈਲ ਬਹੁਤ ਅੱਛੀ ਤਰ੍ਹਾਂ ਸੇ ਤਿਆਰ ਕੀ ਐਂਡ ਫਾਈਨਲੀ ਮੇਰਾ ਵੀਜ਼ਾ। ਹੈਲੋ ਫਰੈਂਡਸ, ਮੇਰਾ ਨਾਮ ਹਰਮਨਦੀਪ ਸਿੰਘ ਹੈ, ਮੈਂ ਮੁੰਬਈ ਜ਼ਿਲ੍ਹੇ ਤੋਂ ਬਿਲੋਂਗ ਕਰਦਾ ਹਾਂ, ਅਤੇ ਮੈਂ ਪਲੱਸ ਟੂ 2017 'ਚ ਕੀਤੀ, ਉਹਦੇ ਬਾਅਦ ਮੇਰੇ ਆਈਲੈਟਸ 5.5 ਬੈਂਡ ਆਏ, ਅਤੇ ਬਾਅਦ 'ਚੋਂ ਮੇਰੇ ਇੱਕ ਫਰੈਂਡ ਨੇ ਮੈਡਵੇ ਬਾਰੇ ਸੁਜੈਸਟ ਕੀਤਾ, ਅਤੇ ਉਹ ਜਿਹਦਾ ਉਹਦਾ ਹੀ ਵੀਜ਼ਾ ਇੱਥੋਂ ਮੈਡਵੇ ਤੋਂ ਹੀ ਲੱਗਾ ਸੀ। ਫਿਰ ਮੈਂ ਇੱਥੇ ਆ ਕੇ ਸ਼ਾਂਕਸ਼ੀ ਮੈਮ ਨੂੰ ਮਿਲਿਆ, ਅਤੇ ਉਹਨਾਂ ਨੇ ਮੇਰੀ ਬਹੁਤ ਵਧੀਆ ਫਾਈਲ ਰੈਡੀ ਕੀਤੀ ਅਤੇ ਮੈਨੂੰ ਬੜੇ ਵਧੀਆ ਤਰੀਕੇ ਨਾਲ ਗਾਈਡ ਕੀਤਾ, ਅਤੇ ਜਦੋਂ ਫਾਈਲ ਲਾਂਚ ਕਰਨ ਤੋਂ ਬਾਅਦ ਦੋ ਵੀਕ ਵਿੱਚ ਮੇਰਾ ਵੀਜ਼ਾ ਆ ਗਿਆ। ਆਹ ਦੇਖ ਸਕਦੇ ਮੇਰਾ ਵੀਜ਼ਾ, ਅਤੇ ਮੈਂ ਤੁਹਾਨੂੰ ਮੇਰੇ ਫਰੈਂਡ ਹੋਰ ਵੀ ਫਰੈਂਡ ਨੂੰ ਸੁਜੈਸਟ ਕਰਦਾ ਕਿ ਜਿੰਨੇ ਵੀ ਆਪਦਾ ਵੀਜ਼ਾ ਲਾਉਣਾ ਮੈਡਵੇ ਤੋਂ ਜਲੰਧਰ ਜ਼ਰੂਰ ਵਿਜ਼ਿਟ ਕਰਨ, ਅਤੇ ਇਹਨਾਂ ਦੀ ਨਾ ਕੋ ਫੀਸ ਆਫਟਰ ਵੀਜ਼ਾ ਨਾ ਬਿਫੋਰ ਵੀਜ਼ਾ। Hi, my name is Harshita. I took my IELTS classes from Medway Chandigarh, which is situated in 17th sector. I scored 7.5 band overall. The coaching fees is very low as compared to the other coaching centers. The staff here is very friendly and helpful. I also filed my visa from Medway for New Zealand and they didn't take any charges from me. I would personally recommend all of you ਹੈਲੋ ਫਰੈਂਡਸ, ਮੇਰਾ ਨਾਮ ਗਗਨਦੀਪ ਸਿੰਘ ਹੈ, ਮੈਂ ਰਈਆ ਡਿਸਟ੍ਰਿਕਟ ਅੰਮ੍ਰਿਤਸਰ ਤੋਂ ਬਿਲੋਂਗ ਕਰਦਾ। ਮੈਂ ਆਪਣੀ ਪਲੱਸ ਟੂ 2015 ਦੇ ਵਿੱਚ ਕੰਪਲੀਟ ਕੀਤੀ ਸੀ, ਉਸ ਤੋਂ ਬਾਅਦ ਮੈਂ ਆਪਣਾ ਡਿਪਲੋਮਾ ਕੀਤਾ ਇਨ ਹੋਸਪਿਟੈਲਿਟੀ ਮੈਨੇਜਮੈਂਟ ਫਰੋਮ ਸਿੰਗਾਪੁਰ ਦੇ ਵਿੱਚੋਂ 2018 ਦੇ ਵਿੱਚ। ਉਸ ਤੋਂ ਬਾਅਦ ਆਈ ਕੰਪਲੀਟਿਡ ਮਾਈ ਆਇਲਸ ਇਨ 2018 ਆਲਸੋ ਐਂਡ ਆਈ ਗੋਟ 6 ਬੈਂਡਸ। ਅਤੇ ਉਸ ਤੋਂ ਬਾਅਦ ਮੈਂ ਟੀ ਵੀ ਦੇ ਵਿੱਚ ਸ਼ੋਅ ਦੇਖਿਆ ਜਗਜੀਤ ਸਿੰਘ ਸਰ ਦਾ ਮਿਡਵੇ ਐਜੂਕੇਸ਼ਨ ਵਾਲਿਆਂ ਦਾ, ਅਤੇ ਮੇਰੇ ਮਦਰ ਨੇ ਗਾਈਡ ਕੀਤਾ ਮੈਨੂੰ ਕਿ ਇਹਨਾਂ ਕੋਲੋਂ ਆਪਾਂ ਅਪਲਾਈ ਕਰਦੇ ਹਾਂ। ਅਤੇ ਦੈਨ ਇੱਥੇ ਆ ਕੇ ਮੈਂ ਮਨਮੀਤ ਮੈਮ ਨੂੰ ਮਿਲਿਆ, ਜਿਨ੍ਹਾਂ ਨੇ ਮੈਨੂੰ ਫੁੱਲ ਗਾਈਡੈਂਸ ਗਾਈਡ ਕੀਤਾ ਮੈਨੂੰ ਅਬਾਊਟ ਮਾਈ ਕੋਰਸ, ਮੇਰੀ ਐਜੂਕੇਸ਼ਨ ਬਾਰੇ, ਕਿੱਥੇ ਮੈਨੂੰ ਜਾਣਾ ਚਾਹੀਦਾ, ਕਿੱਥੇ ਮੈਨੂੰ ਫੁੱਲ ਸੈਟਿਸਫੈਕਸ਼ਨ ਮਿਲਦੀ ਹੈ। ਅਤੇ ਦੈਨ ਮੈਂ ਅਪਲਾਈ ਕੀਤਾ ਇਹਨਾਂ ਕੋਲੋਂ, ਅਤੇ ਇਹਨਾਂ ਦਾ ਕੋਈ ਵੀ ਚਾਰਜਿਸ ਨਹੀਂ ਸੀਗਾ, ਨਾ ਪਹਿਲਾਂ ਅਤੇ ਨਾ ਹੀ ਬਾਅਦ। ਇਨ 2 ਵੀਕਸ ਆਈ ਗੋਟ ਮਾਈ ਵੀਜ਼ਾ, ਇਹ ਮੇਰਾ ਵੀਜ਼ਾ ਹੈ, ਈ ਵੀਜ਼ਾ ਜਿਹੜਾ ਮਿਲਿਆ ਮੈਨੂੰ। ਅਤੇ ਜੇ ਮੇਰਾ ਕੋਈ ਹੋਰ ਵੀ ਫਰੈਂਡ ਜਾਣਾ ਚਾਹੁੰਦਾ ਫੋਰਨ ਦੇ ਵਿੱਚ ਸਟੱਡੀ ਵੀਜ਼ਾ ਅਪਲਾਈ ਕਰਨਾ ਚਾਹੁੰਦਾ, ਉਹ ਮਸਟ ਵਿਜ਼ਿਟ ਇਨ ਮਿਡਵੇ ਐਜੂਕੇਸ਼ਨ, ਇਹਨਾਂ ਦੀ ਬਹੁਤ ਵਧੀਆ ਹੈ ਵੀਜ਼ਾ ਪ੍ਰੋਸੈਸ ਵੀ। ਸੋ ਇਹ ਸੀ ਜੀ ਕੋਈ ਸਟੂਡੈਂਟ ਜਿਨ੍ਹਾਂ ਨੇ ਆਪਣਾ ਐਕਸਪੀਰੀਅੰਸ ਸਾਂਝਾ ਕੀਤਾ। ਤੁਹਾਡੇ ਮਨ ਦੇ ਵਿੱਚ ਕੋਈ ਵੀ ਸਵਾਲ ਹੈ ਤੁਸੀਂ ਡਾਇਰੈਕਟਲੀ ਵੀ ਪੁੱਛ ਸਕਦੇ ਹੋ, ਕੋਸ਼ਿਸ਼ ਕੀਤੀ ਹੈ ਵੱਧ ਤੋਂ ਵੱਧ ਕਾਲਸ ਲੈਣ ਦੀ, ਬਟ
ਕੋਸ਼ਿਸ਼ ਇਹ ਵੀ ਸੀ ਵੀ ਵੱਧ ਤੋਂ ਵੱਧ ਜਾਣਕਾਰੀ ਤੁਹਾਡੇ ਤੱਕ ਉਹ ਪਹੁੰਚੇ ਜਿਹੜੀ ਤੁਹਾਡੇ ਲਈ ਲਾਹੇਵੰਦ ਹੋਏਗੀ। ਉਮੀਦ ਕਰਦੇ ਹਾਂ ਉਸ ਕੋਸ਼ਿਸ਼ ਦੇ ਵਿੱਚ ਪੂਰੇ ਉਤਰ ਸਕਾਂਗੇ। ਜੇ ਕੁਛ ਰਹਿ ਗਿਆ ਤਾਂ ਨੈਕਸਟ ਸ਼ੋਅ ਦੇ ਵਿੱਚ ਜ਼ਰੂਰ ਸਾਂਝੇ ਕਰਾਂਗੇ। ਭਾਅ ਜੀ ਸ਼ੋਅ 'ਚ ਆਉਣ ਲਈ ਅੱਜ ਬਹੁਤ ਬਹੁਤ ਥੈਂਕ ਯੂ ਸੋ ਮਚ ਅਮਲ ਜੀ। ਧੰਨਵਾਦ ਸਾਰੇ ਦਰਸ਼ਕਾਂ ਦਾ, ਟੈਕਨੀਕਲ ਟੀਮ ਦਾ। ਸ਼ੋਅ ਨੂੰ ਇੱਥੇ ਖਤਮ ਕਰਦੇ ਹਾਂ ਜੀ। ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।